वाल्मीकि संत समाज वालों तीन दिन भंडारे पुल जाम। अमृतसर में आज वाल्मीकि संत समाज वालों भंडारे पुल जाम कर धरना प्रदर्शन किया गया है। वाल्मीकि समाज के नाल नाल समाज के सफाई सेवक अते होर कई जथेबंदियां इस धरने में शामिल हुई। इस मौके वाल्मीकि समाज के आगुआ ने पत्रकारों नाल गलबात करते हुए कहा कि वाल्मीकि समाज वालों पंजाब सरकार के खिलाफ भंडारे पुल से तीन दिन के लिए पक्का धरना लगाया गया है। उन्होंने कहा कि पिछले लंबे समय तो ऐसी भाईचारा सफाई सेवक दियां नौकरियां करता आ रहा है तो पुराने समय तो ही अपने सिरा उत्ते समाज का गंध चुकते रहे हैं। नाल ही उन्होंने कहा कि हुण नवीं मशीन आ गई हैं तो नवी टैक्नोलॉजियां आ गई हैं। उत्थे ही हुण सरकार वालों नवा रोस्टर लागू किया गया है जिस में जनरल कैटागरी के लोगों को भी नौकरी दी जा रही है जो कि पूरी तरह ऐसी समाज के हकों के उत्ते सरकार को डाका मारिया जा रहा है। वाल्मीकि भाईचारे के आगुआ ने कहा कि वाल्मीकि श्राइन बोर्ड के विच सरकार वालों संत समाज की नुमाइंदगी किसी तरीके की भी रखी नहीं गई तो उसके विरोध में ही यह भंडारी पुल उत्ते धरना प्रदर्शन किया जा रहा है। उन्होंने कहा कि पूरा संत समाज इस धरने में शामिल होया है अते तीन दिन यह धरना लगातार जारी रहेगा। जो बोले सुन रुपए भगवान वाल्मीकि महाराज की जय। जय भीम जय संविधान दास पंकज नाथ शिरगिल। अज जिहड़ा रोस प्रदर्शन है भंडारी पुल उत्ते संत समाज वालों संत मलकीर नाथ महाराज जी दिशा निर्देश अनुसार पूरे वाल्मीकि समाज वालों दिता जा रहा वा क्योंकि जिहड़ा पंजाब सरकार वालों समाज नाल किए जा रहे लगातार दो सालों तो धक्के क्योंकि हुण जिहड़ा श्राइन बोर्ड बनया वा उहदे विच वी पंजाब सरकार ने साडे समाज का कोई भी नुमाइंदा नहीं लिया तो जिस करके संत समाज नूं नहीं उहदे विच अणगौलिया किया गया वा उहदे करके जिहड़ा अज रोस प्रदर्शन चल रहा वा। ਪਹਿਲਾਂ ਸਰਕਾਰ ਨਾਲ ਗੱਲ ਹੋਈ ਹੈ ਇਸ ਬਾਰੇ? ਸਰਕਾਰ ਜੀ ਸਾਰੇ ਵਾਅਦੇ ਕਰਕੇ ਸਮਾਜ ਨਾਲ ਮੁੱਕਰੀ ਆ। ਸਰਕਾਰ ਬਣਨ ਤੋਂ ਪਹਿਲਾਂ ਵੀ ਸਾਡੇ ਸੰਤਾਂ ਨਾਲ ਉਹਨਾਂ ਵਾਅਦਾ ਕੀਤਾ ਸੀ ਵੀ ਜਿਹੜਾ ਸ਼੍ਰੈਣ ਬੋਰਡ ਦੇ ਵਿੱਚ ਜਦ ਭੰਗ ਕੀਤਾ ਜਾਊਗਾ ਜਾਂ ਸੰਤਾਂ ਦੇ ਹਵਾਲੇ ਕੀਤਾ ਜਾਊਗਾ ਪਰ ਸਰਕਾਰ ਆਪਣੇ ਵਾਅਦਿਆਂ ਤੋਂ ਭੱਜਦੀ ਦਿਸੀ ਹੋਈ ਆ ਤਾਂ ਉਹਨੇ ਜਿਹੜੇ ਸ਼੍ਰੈਣ ਬੋਰਡ ਦੇ ਵਿੱਚ ਆ ਸਾਡੇ ਸਮਾਜ ਦਾ ਕੋਈ ਵੀ ਨੁਮਾਇੰਦਾ ਨਹੀਂ ਲਿਆ ਗਿਆ। ਜੀ ਬਾਬਾ ਸਾਹਿਬ ਜਿਹੜਾ ਮਜਬੂਰ ਨੇ ਸੜਕਾਂ 'ਤੇ ਉਤਰਿਆ ਅੱਜ ਵਾਲਮੀਕਿ ਸਮਾਜ ਸੰਤ ਸਮਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਵਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਆਰਟੀਕਲ 19 ਦੇ ਰਾਹੀਂ ਆਪਾਂ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਇਹ ਹੁਣ ਲਗਾਤਾਰ ਸੰਘਰਸ਼ ਜਾਰੀ ਰਹੇਗਾ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਗੇਗੀ। ਕਿੰਨਾ ਚਿਰ ਇਹ ਜੀ ਲਗਾਤਾਰ ਜਾਰੀ ਰਹੇਗਾ ਜਿੰਨਾ ਚਿਰ ਕੋਈ ਆਪਣਾ ਸਰਕਾਰ ਸਾਡੀ ਮੰਗ ਨਹੀਂ ਮੰਗ ਲੈਂਦੀ ਸੰਤ ਸਮਾਜ। ਠੀਕ, ਮੇਰਾ ਨਾਮ ਨਿਤਿਸ਼ ਭੀਮ ਹੈ ਜੀ, ਫਾਊਂਡਰ ਭੀਮ ਐਕਸ਼ਨ ਕਮੇਟੀ। ਸ਼੍ਰਾਈਨ ਬੋਰਡ ਭਗਵਾਨ ਵਾਲਮੀਕਿ ਤੀਰਥ ਦੇ ਸ਼੍ਰਾਈਨ ਬੋਰਡ ਦੇ ਵਿੱਚ ਸੰਤ ਸਮਾਜ ਦੀ ਨੁਮਾਇੰਦਗੀ ਜਿਹੜੀ ਆ ਕਿਸੇ ਵੀ ਤਰੀਕੇ ਸਰਕਾਰ ਨੇ ਰੱਖੀ ਨਹੀਂ ਪਰ ਉਹਦੇ ਵਿਰੋਧ 'ਚ ਵਿੱਚ ਅੱਜ ਅੰਮ੍ਰਿਤਸਰ ਭੰਡਾਰੀ ਪੁਲ ਦੇ ਵਿੱਚ ਧਰਨਾ ਪ੍ਰਦਰਸ਼ਨ ਹੋ ਰਿਹਾ ਔਰ ਇੱਕ ਸਫਾਈ ਸੇਵਕ ਅਤੇ ਸੀਵਰਮੈਨਾਂ ਦਾ ਰੋਸਟਰ ਲਾਗੂ ਕੀਤਾ ਗਿਆ ਉਹਦਾ ਭਾਰੀ ਵਿਰੋਧ ਹੈਗਾ ਸਮਾਜ ਦੇ ਵਿੱਚ। ਔਰ ਮੇਨ ਮਸਲਾ ਇਹ ਹੈ ਜੀ ਕਿ ਜਦੋਂ ਸਫਾਈ ਦੀਆਂ ਨੌਕਰੀਆਂ ਐਸੀ ਸਮਾਜ ਕਈ ਸਾਲ ਤੋਂ ਕਰਦਾ ਆ ਰਿਹਾ ਜਦੋਂ ਕੋਈ ਟੈਕਨੋਲੋਜੀ ਹੁੰਦੀ ਨਹੀਂ ਸਿਰ 'ਤੇ ਆਪਾਂ ਇਹ ਕੂੜਾ ਜਿਹੜਾ ਆਮ ਲੋਕਾਂ ਵੱਲੋਂ ਫੈਲਾਇਆ ਜਾਂਦਾ ਉਹ ਸਿਰ 'ਤੇ ਚੱਕਦੇ ਰਹੇ ਅੱਜ ਦੇ ਟਾਈਮ 'ਚ ਆ ਕੇ ਨਵਾਂ ਰੋਸਟਰ ਲਾਗੂ ਕਰਤਾ ਗਿਆ ਐਸੀ ਸਮਾਜ ਤੋਂ ਇਲਾਵਾ ਜਨਰਲ ਕੈਟੇਗਰੀ ਵਾਲਿਆਂ ਲਈ ਵੀ ਨੌਕਰੀਆਂ ਦੇ ਰਾਹ ਖੋਲ੍ਹੇ ਗਏ ਜਿਹੜਾ ਕਿ ਐਸੀ ਸਮਾਜ ਜਿਹੜਾ ਇਹਦਾ ਪੂਰੀ ਤਰ੍ਹਾਂ ਵਿਰੋਧ ਕਰਦਾ ਖਾਸ ਤੌਰ 'ਤੇ ਭਗਵਾਨ ਵਾਲਮੀਕਿ ਨਾਮਲੇਵਾ ਸੰਗਤ ਜਿਹੜੀ ਕਈ ਸਾਲਾਂ ਤੋਂ ਇਹ ਨੌਕਰੀਆਂ ਕਰ ਰਹੇ ਆ ਅੱਜ ਉਹ ਨੌਕਰੀਆਂ ਦੇ ਵਿੱਚ ਟੈਕਨੋਲੋਜੀ ਆ ਗਈ ਆ ਸੀਵਰਮੈਨਾਂ ਲਈ ਕੋਈ ਸਹੂਲਤਾਂ ਆ ਗਈਆਂ ਵਾ ਤਨਖਾਹਾਂ ਦਾ ਵੀ ਮਿਆਰ ਕੋਈ ਵਧਿਆ ਵਾ ਅਤੇ ਅੱਜ ਇਹ ਰੋਸਟਰ ਨਵਾਂ ਲਾਗੂ ਕਰਤਾ ਇਹ ਪੂਰੀ ਤਰ੍ਹਾਂ ਸੰਵਿਧਾਨਿਕ ਹੱਕਾਂ ਦੇ ਉੱਤੇ ਡਾਕਾ ਹੈਗਾ ਐਸੀ ਸਮਾਜ ਦੇ ਹੱਕਾਂ ਦੇ ਡਾਕਾ ਹੈਗਾ ਉਹਦੇ ਵਿਰੋਧ ਦੇ ਵਿੱਚ ਅੱਜ ਐਸੀ ਸਮਾਜ ਬਹੁਜਨ ਸਮਾਜ ਸੜਕਾਂ 'ਤੇ ਆਇਆ। ਤਿੰਨ ਦਿਨ ਦਾ ਹੈਗਾ ਜੀ, ਤਿੰਨ ਦਿਨ ਦਾ ਸੰਤ ਸਮਾਜ ਪੂਰੀ ਤਰ੍ਹਾਂ ਨਾਲ ਹੈਗਾ ਤੁਸੀਂ ਵੇਖ ਰਹੇ ਜੇ ਔਰ ਅੱਜ ਉਹਨਾਂ ਦੀ ਆਪ ਰਹਿਨਮਾਈ ਮਿਲ ਰਹੀ ਹੈ। ਤਿੰਨ ਦਿਨ ਲਗਾਤਾਰ ਅਨਾਊਂਸ ਕੀਤਾ ਗਿਆ ਜੀ ਔਰ ਮੇਨ ਮੁੱਦੇ ਜਿਹੜੇ ਆ ਤੁਹਾਨੂੰ ਆਲਰੇਡੀ ਦੱਸ ਚੁੱਕੇ ਜੀ। ਮਜਬੂਰੀ ਹੈ ਜੀ, ਧਰਨੇ ਸ਼ੌਂਕ ਨਹੀਂ ਹੈਗੇ, ਮਜਬੂਰੀ ਹੈਗੀ ਆ। ਜਦੋਂ ਜਦੋਂ ਧਰਨਾ ਤੁਸੀਂ ਵੀ ਐਜ਼ ਏ ਪੱਤਰਕਾਰ ਕਵਰ ਕਰਦੇ ਜੇ ਔਰ ਐਸੀ ਸਮਾਜ ਪਿਛਲੇ 1.5 ਸਾਲ ਤੋਂ ਹਰ ਦੂਜੇ ਤੀਜੇ ਦਿਨ ਸਾਨੂੰ ਸੜਕਾਂ 'ਤੇ ਆਉਣਾ ਪੈਂਦਾ ਚਾਹੇ ਉਹ ਜਾਲੀ ਸਰਟੀਫਿਕੇਟ ਦਾ ਮੁੱਦਾ ਹੋਵੇ ਚਾਹੇ ਐਸੀ ਕਮਿਸ਼ਨ ਦੇ ਉੱਤੇ ਡਾਕੇ ਹੋਣ ਔਰ ਅੱਜ ਰੋਸਟਰ ਲਾਗੂ ਕਰਕੇ ਸੀਵਰਮੈਨ ਦੀ ਸਫਾਈ ਸੇਵਕਾਂ ਦੀ ਨੌਕਰੀ ਦੇ ਉੱਤੇ ਵੱਡਾ ਡਾਕਾ ਮਾਰਿਆ ਗਿਆ, ਐਸੀ ਸਮਾਜ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਗਿਆ ਔਰ ਉਹਦੇ ਖਿਲਾਫ ਅੱਜ ਬਹੁਜਨ ਸਮਾਜ ਸੜਕਾਂ 'ਤੇ ਹੈਗਾ। ਮੰਗ ਇਹ ਹੋਈ ਹੈ ਜੀ ਕਿ ਭਗਵਾਨ ਵਾਲਮੀਕਿ ਤੀਰਥ ਪਾਵਨ ਤੀਰਥ ਦੇ ਸ਼੍ਰਾਈਨ ਬੋਰਡ ਦੇ ਵਿੱਚ ਸੰਤ ਸਮਾਜ ਦੀ ਨੁਮਾਇੰਦਗੀ ਜਿਹੜੀ ਆ ਹੋਣੀ ਚਾਹੀਦੀ ਹੈ। ਕਾਰਨ ਇਹ ਹੈ ਕਿ ਕਿਸੇ ਵੀ ਤੀਰਥ ਕੋਈ ਵੀ ਕਿਸੇ ਵੀ ਧਰਮ ਦਾ ਤੀਰਥ ਹੋਵੇ ਉਹਦੀ ਮਰਿਆਦਾ ਉਹਦੀ ਦੇਖ ਰੇਖ ਉਹਦੀ ਸਾਜ ਸੰਭਾਲ ਉੱਥੋਂ ਦੇ ਜਿਹੜੇ ਸੰਤ ਸਮਾਜ ਹੈਗਾ ਜਾਂ ਭਗਵਾਨ ਵਾਲਮੀਕਿ ਨਾਮਲੇਵਾ ਸੰਗਤ ਹੈਗੀ ਉਹਨਾਂ ਨੂੰ ਪਤਾ ਹੈਗਾ ਉਹਦੇ ਵਿੱਚ MLA ਮੰਤਰੀਆਂ ਦੀ ਸ਼ਮੂਲੀਅਤ ਕਰਨੀ ਔਰ ਉਹ ਭਗਵਾਨ ਵਾਲਮੀਕਿ ਨਾਮਲੇਵਾ ਸੰਗਤ ਤੋਂ ਨਾ ਹੋਣਾ ਇੱਕ ਵੱਡਾ ਜਿਹੜਾ ਵਾ ਸਰਕਾਰ ਵੱਲੋਂ ਸਾਡੇ ਹੱਕਾਂ ਦੇ ਉੱਤੇ ਡਾਕਾ ਹੈਗਾ। ਸ਼੍ਰਾਈਨ ਬੋਰਡ ਦੇ ਵਿੱਚ ਸੰਤ ਸਮਾਜ
की शमूलीयत की जाए और दूजा जिहड़ा रोस्टर लागू किया गया एसी समाज की सफाई सेवकां ते सीवरमैन की नौकरियों के उत्ते डाका मारिया गया उहदे उत्ते सरकार अपना डिसीजन वापस लवे। अगला स्टैप प्रदर्शन रोस प्रदर्शन है, पंजाब बंद होएगा। 5 नवंबर की कॉल वैसे मोहाली मोर्चे तो आ गई है, रिजर्वेशन के जिहड़े चोर ने बैक चैनल डाके मार रहे उन्होंने खिलाफ़ 5 नवंबर का पंजाब बंद की कॉल आ गई है, शायद यदि उस तो जल्दी कॉल आ जाए, होर तो कोई हल नहीं है। पर पिछले 1.5 साल तो लगातार एक सिलसिला जारी है जिदे खमियाजे मान सरकार नूं आने वाले दिनों के कारपोरेशन के इलैक्शन तो 2024 के लोग सभा इलैक्शन के भुगतने पैणगे। ऐसी समाज का पूरी तरह यदा बायकॉट करता वा भगवंत मान सरकार का, आम आदमी सरकार का, और मीडिया ने भी वेख लिया कि पिछले 1.5 साल तो सिर्फ सड़कों तो सिवा सड़क कुछ रहा नहीं है सरकार के टाइम।